ਗਾਰਗੀ ਫਾਊਂਡੇਸ਼ਨ ਵੱਲੋਂ ਵਾਤਾਵਰਨ ਅਤੇ ਪੰਛੀ ਬਚਾਓ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਕਰਵਾਏ ਗਏ 42ਵੇਂ ਪੰਛੀ ਬਚਾਓ ਸੈਮੀਨਾਰ ਦੌਰਾਨ ਆਲਣਾ ਸਜਾਵਟ ਸਲੋਗਨ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਜਿੱਥੋਂ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ, ਜਿਹੜਾ ਯੂਥ ਹੈ ਉਹ ਪੰਛੀਆਂ ਬਾਰੇ ਬੜਾ ਹੀ ਸੁਚੇਤ ਹੋ ਰਿਹਾ, ਉਹਨੂੰ ਪੰਛੀਆਂ ਦੀ ਚਿੰਤਾ ਹੋਣ ਲੱਗੀ ਹੈ। ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਜਿਹੜਾ ਯੂਥ ਹੈ ਉਹ ਸਾਨੂੰ ਪੂਰਾ ਸਹਿਯੋਗ ਕਰ ਰਿਹਾ। ਸਾਨੂੰ SSD ਕਾਲਜ ਦੇ ਵਿਦਿਆਰਥੀਆਂ ਨੇ ਵੀ ਯਕੀਨ ਦਵਾਇਆ ਕਿ ਉਹ ਪੰਛੀਆਂ ਲਈ ਖਾਣਾ, ਪਾਣੀ, ਦਾਣੇ ਦਾ ਪ੍ਰਬੰਧ ਕਰਨਗੇ, ਤਾਂ ਅਸੀਂ ਉਮੀਦ ਲੈ ਕੇ ਚੱਲੇ ਹਾਂ ਕਿ ਉਹ ਸਾਡਾ ਇਹ ਸਾਥ ਦੇਣਗੇ ਤਾਂ ਕਿ ਇਸ ਮੁਹਿੰਮ ਨੂੰ ਅਸੀਂ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾ ਸਕੀਏ। ਬਹੁਤ ਵਧੀਆ ਉਪਰਾਲਾ ਕੀਤਾ ਗਾਰਗੀ ਫਾਊਂਡੇਸ਼ਨ ਕਲੱਬ ਤਪਾ ਨੇ, ਅਤੇ ਜਿਹਦੇ ਵਿੱਚ ਸਾਨੂੰ ਪੰਛੀਆਂ ਦੇ ਰੱਖ ਰਖਾਵ ਬਾਰੇ ਬੜੇ ਹੀ ਸੁਚੱਜੇ ਵਿਚਾਰ ਆ ਜਿਹੜੇ ਪੇਸ਼ ਕੀਤੇ ਆ, ਅਤੇ ਜਿਨ੍ਹਾਂ ਦੇ ਬਾਰੇ ਅਸੀਂ ਪੰਛੀਆਂ ਬਾਰੇ ਜੋ ਅਸੀਂ ਅਣਗਹਿਲੀ ਕਰਦੇ ਹਾਂ ਅਤੇ ਉਹਨਾਂ ਦੇ ਸਾਂਭ ਸੰਭਾਲ ਬਾਰੇ ਇੰਨੇ ਵਧੀਆ ਤਰੀਕੇ ਅਤੇ ਸਾਨੂੰ ਆਲਣੇ ਵੀ ਭੇਂਟ ਕੀਤੇ ਨੇ ਤਾਂ ਕਿ ਅਸੀਂ ਪੰਛੀਆਂ ਬਾਰੇ ਆ ਜਿਹੜੇ ਜਾਗਰੂਕ ਹੋ ਸਕੀਏ, ਉਹਨਾਂ ਦੀਆਂ ਜਿਹੜੀਆਂ ਖਤਮ ਹੋ ਜਾ ਰਹੀਆਂ ਪ੍ਰਜਾਤੀਆਂ ਨੂੰ ਸੰਭਾਲਣ ਦੇ ਵਿੱਚ ਸਾਨੂੰ ਬੜੇ ਹੀ ਸੋਹਣੇ ਵਿਚਾਰ ਕੀਤੇ ਨੇ।